ਉਹਨਾਂ ਦਾ ਚਨੇ ਆਲੂ ਕੀਮਾ ਚਿਕਨ ਬਰੈਲੀ ਆ ਸਾਰਾ ਕੁਝ ਵੱਡੇ ਕੋਈ ਦਾ ਰੋਸਟ ਇਹ ਜੀ ਚਨੇ ਉੱਠ ਕੇ ਤੰਗ ਗਲੀਆਂ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਜੈਸੇ ਲਾਹੌਰ ਕੇ ਅੰਦਰੂਨ ਲਾਹੌਰ ਕੇ ਅੰਦਰ ਹਮ ਲੋਕ ਆ ਜਾਤੇ ਹੈ ਸੇਮ ਉਸੀ ਤਰ੍ਹਾਂ ਹੀ ਅੱਛਾ ਚਨੇ ਜੀ ਠੀਕ ਇਹ ਕੁੰਡੇ ਦਾ ਗੋਸ਼ ਅੱਛਾ ਕੁੰਨੇ ਦਾ ਵੱਡਾ ਗੋਜ ਹੈ ਬੱਕਰੇ ਦਾ ਅੱਛਾ ਵੱਡਾ ਗੋਜ ਕੱਟੇ ਦਾ ਠੀਕ ਹੈ ਕੱਟੇ ਦਾ ਸਹੀ ਦਾਲ ਮਾਸ ਅੱਛਾ ਦਾਲ ਮਾਸ ਦੀ ਠੀਕ ਹੈ ਅੱਛਾ ਸਹੀ ਹੈ ਅੱਛਾ ਆਲੂ ਚਨੇ ਦਾਲ ਸਹੀ ਹੈ ਚਨੇ ਅੱਛਾ ਚੈਸਟ ਪੀਸ ਹੈ ਹਾਂ ਜੀ ਚੈਸਟ ਵੀ ਲੈ ਗਏ ਅੱਛਾ ਸਹੀ ਹੈ ਠੀਕ ਹੈ ਅੱਛਾ ਚਿਕਨ ਭਰਿਆ ਨਹੀਂ ਚਾਂਪੇ ਯਹਾਂ ਪਰ ਤਿਆਰ ਹੋ ਰਹੀ ਹੈ ਲੋਕ ਹਾਜੀ ਕੁੰਨਾ ਵਾਲੇ ਜੋ ਹੈ ਚਨਿਓਟ ਕੇ ਅੰਦਰ ਔਰ ਅੰਦਰੂਨ ਚਨਿਓਟ ਕੇ ਅੰਦਰ ਯਾ ਔਰ ਉਨਸੇ ਵੀ ਪੁੱਛੇ ਅਸਲਾਮ ਅਲੈਕੁਮ ਕਿਆ ਹਾਲ ਹੈ ਠੀਕ ਹੈ ਠੀਕ ਹੈ ਅੱਛਾ ਦੱਸੋ ਕਿ ਕਿਤਨੀ ਪੁਰਾਣੀ ਹੈ ਹਾਜੀ ਕੁੰਨਾ 35 ਸਾਲ ਅੱਛਾ 35 ਸਾਲ ਤੇ ਕੁੰਨਾ ਕਿਸ ਕਿਸ ਚੀਜ਼ ਦਾ ਅੱਛਾ ਨਹੀਂ ਵੱਡੇ ਕੋਲ ਦਾ ਵੱਡੇ ਅੱਛਾ ਤੈਨੂੰ ਕਿੰਨਾ ਟਾਈਮ ਲੱਗਦਾ 3 ਘੰਟੇ ਲੱਗਦੇ ਅੱਛਾ 3 ਘੰਟੇ ਲੱਗਦੇ ਆਪ ਹੀ ਦੇ ਕੁੰਨਾ ਹੈ ਅੱਛਾ ਸੁਣਾ ਗਿਆ ਵੱਡੇ ਕੋਰਸ ਦਾ ਜੀ ਠੀਕ ਹੈ ਸਹੀ ਦੇਖੇ ਨਹੀਂ ਬਸ ਤੇ ਬਾਕੀ ਵੀ ਚੀਜ਼ਾਂ ਜਿਹੜੀਆਂ ਚਿਕਨ ਕੌਰਮਾ ਆਲੂ ਪਾਲਕ ਚਨੇ ਕੀ ਦਾਲ ਚਿਕਨ ਰੋਸਟ ਅੱਲਾ ਟਿਕਨ ਉਹਦੇ ਕੋਲ ਲੈ ਜਾ ਇਹਦੇ ਬੀਫ ਕੀ ਚਾਂਪ ਹੈ ਜੀ ਉੱਪਰ ਇਹਨਾਂ ਨੇ ਮਸਾਲਾ ਲਗਾਇਆ ਹੋਇਆ ਇਸ ਪੇ ਇਸ ਦੇਖ ਲੈ ਇਹ ਚਾਂਪ ਹੁੰਦੀ ਹੈ ਕੀ ਨਾ ਨਹੀਂ ਬੰਦ ਕਰ ਓਕੇ ਓਕੇ ਜੀ ਆ ਜੋ ਬੋਲੀ ਇਹ ਵੀ ਬੀਫ ਕੀ ਚਾਂਪ ਹੈ ये भी टेस्ट कर तेरी लगी नहीं मेरे को बिल्कुल ही साउथ है साथ ये चटनी है बाकी इसका टेस्ट बहुत ही यूनिक है पहली मसाले एक साथ आ रही है ये पत्ती में है ये तीन है मुस्तफा ये जी मुस्तफा भाई हैं तो आप लोग क्या चीज बनाए चाचा का अच्छा चाचा का इनके पास आप लोगों ने ला दिया